ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਤੇ ਤੁਹਾਨੂੰ ਦੱਸਣਾ ਕਿ ਅੱਜ ਦੇ ਨਿਰਾਸ਼ਾ ਦੇ ਦੌਰ ਦੇ ਵਿੱਚੋਂ ਅਸੀਂ ਸਾਨੂੰ ਸੋਚ ਲੈ ਕੇ ਕਿਵੇਂ ਅੱਗੇ ਜਾ ਸਕਦੇ ਹਾਂ, ਕਿਉਂਕਿ ਅੱਜ ਹਰ ਪਾਸੇ ਇੱਕੋ ਗੱਲ ਹੈ, ਡਰੱਗ ਬਹੁਤ ਹੈ, ਨਸ਼ਾ ਬਹੁਤ ਹੈ, ਸਾਡੇ ਨੌਜਵਾਨ ਨਸ਼ਈ ਹੋ ਗਏ ਨੇ ਔਰ ਸਾਡੇ ਨੌਜਵਾਨ ਵਿਹਲੇ ਨੇ ਅਤੇ ਸਾਡੇ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ਾਂ ਵੱਲ ਜਾ ਰਹੇ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਗੱਜ ਕੇ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਆਪਾਂ ਇਤਿਹਾਸਿਕ ਦਿਨ ਮਨਾ ਰਹੇ ਹਾਂ ਉਸ ਦੇ ਬਾਰੇ ਵਿੱਚ ਸਰਦਾਰ ਭਗਵਾਨ ਸਿੰਘ ਖੋਜੀ ਜਿਹੜੇ ਕਿ ਖੋਜ ਕਰਦੇ ਰਹਿੰਦੇ ਨੇ ਕਿ ਕਿਵੇਂ ਸਿੱਖ ਪੰਥ ਚੜ੍ਹਦੀ ਕਲਾ ਵਿੱਚ ਰਹਿ ਕੇ ਜੋ ਸਾਡੀ ਨੌਜਵਾਨ ਪੀੜ੍ਹੀ ਹੈ ਔਰ ਜੋ ਸਾਡੇ ਬਜ਼ੁਰਗ ਨੇ ਉਹ ਸਿੱਖ ਇਤਿਹਾਸ ਨਾਲ ਕਿਵੇਂ ਜੁੜੇ ਰਹਿਣ, ਉਹ ਸਾਰੀ ਜੋ ਉਹਨਾਂ ਨੇ ਕਾਰਗੁਜ਼ਾਰੀ ਕੀਤੀ ਉਹ ਤੁਹਾਨੂੰ ਦੱਸ ਕੇ ਗਏ ਨੇ। ਆਪਾਂ ਅੱਜ ਆਏ ਹਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਜਿਨ੍ਹਾਂ ਨੇ ਕੌਮ ਦੀ ਅਜ਼ਮਤ ਵਾਸਤੇ ਸ਼ਹਾਦਤ ਦਾ ਜਾਮ ਪੀਤਾ। ਆਪਾਂ ਆਏ ਹਾਂ ਕਿ ਇੱਥੇ ਆਪਣੇ ਇਤਿਹਾਸ ਦੇ ਪੰਨਿਆਂ ਨੂੰ ਫਰੋਲ ਸਕੀਏ ਔਰ ਆਪਣੇ ਵਿੱਚ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਐਜੂਕੇਸ਼ਨ ਡਿਪਾਰਟਮੈਂਟ ਹੈ ਉਸ ਦੇ ਡਿਪਟੀ ਡਾਇਰੈਕਟਰ ਨੇ ਔਰ ਇਸੇ ਤਰ੍ਹਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਸਕੱਤਰ ਜਨਰਲ ਇੰਜੀਨੀਅਰ ਸਰਬਜੀਤ ਸਿੰਘ ਸੋਹਲ, ਇਸੇ ਤਰ੍ਹਾਂ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਨਧੜਕ ਆਗੂ ਜਥੇਦਾਰ ਹਰਬੰਸ ਸਿੰਘ ਜੀ ਮੰਝਪੁਰਾ ਮੰਝਪੁਰ ਸਾਹਿਬ ਜੋ ਕਿ ਮੈਂਬਰ SGPC ਰਹਿ ਚੁੱਕੇ ਨੇ ਔਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਬਹੁਤ ਪੁਰਾਣੇ ਆਗੂ ਸਾਹਿਬਾਨ ਸਾਡੇ ਵਿੱਚ ਬੈਠੇ ਨੇ। ਸਰਦਾਰ ਸੁਖਵਿੰਦਰ ਸਿੰਘ ਆਜ਼ਾਦ ਜਿਹੜੇ ਕਿ ਮੋਗੇ ਦੇ ਵਿੱਚ ਪੰਥਕ ਸੇਵਾਵਾਂ ਨਿਭਾ ਰਹੇ ਨੇ, ਕੋਆਰਡੀਨੇਸ਼ਨ ਕਰਦੇ ਨੇ ਸਾਰੀਆਂ ਸਿੱਖ ਸੰਸਥਾਵਾਂ ਨਾਲ ਔਰ ਇਸੇ ਤਰ੍ਹਾਂ ਸਰਦਾਰ ਬਲਕਰਨ ਸਿੰਘ ਢਿੱਲੋਂ ਜਿਨ੍ਹਾਂ ਨੇ ਬੜਾ ਵੱਡਾ ਸਹਿਯੋਗ ਕੀਤਾ ਹੈ ਕਰ ਰਹੇ ਨੇ। ਸੋ ਇਸੇ ਤਰ੍ਹਾਂ ਮੈਂ ਜਿਵੇਂ ਜਿਵੇਂ ਸਮਾਗਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਗਤਾਂ ਆਉਣਗੀਆਂ ਸਾਰਿਆਂ ਨਾਲ ਤੁਹਾਨੂੰ ਤੁਹਾਡੀ ਜਾਣ ਪਹਿਚਾਣ ਕਰਾਵਾਂਗਾ, ਕਿਉਂਕਿ ਇੱਥੇ ਜਿਹੜੇ ਆ ਰਹੇ ਨੇ ਉਹਨਾਂ ਦਾ ਆਪਣਾ ਇਤਿਹਾਸ ਹੈ, ਉਹ ਪਿਛਲੇ 25-30 ਸਾਲਾਂ ਤੋਂ ਪੰਥ ਦੀ ਸੇਵਾ ਦੇ ਵਿੱਚ ਜੁਟੇ ਹੋਏ ਨੇ। ਇੱਥੇ ਸਕੂਲਾਂ ਦੇ ਕਾਲਜਾਂ ਦੇ ਸਟੂਡੈਂਟਸ ਨੂੰ ਬੁਲਾਇਆ ਗਿਆ ਹੈ ਜਿਹੜੇ ਉਹਨਾਂ ਦੇ ਵਿੱਚੋਂ ਅਗਾਂਹ ਵਧੂ ਨੇ, ਸਿੱਖਿਆ ਦੇ ਖੇਤਰ ਦੇ ਵਿੱਚ, ਸਪੋਰਟਸ ਦੇ ਖੇਤਰ ਵਿੱਚ, ਵਿਗਿਆਨ ਦੇ ਖੇਤਰ ਵਿੱਚ, ਸਮਾਜ ਦੇ ਕਿਸੇ ਖੇਤਰ ਵਿੱਚ, ਉਹਨਾਂ ਸਾਰਿਆਂ ਨੂੰ ਇੱਥੇ ਸਨਮਾਨਿਤ ਵੀ ਕੀਤਾ ਜਾਣਾ ਹੈ। ਇੱਥੇ ਇੱਕ ਭੈਣ ਜੀ ਪਹੁੰਚੇ ਨੇ ਬੇਅੰਤ ਕੌਰ ਗਿੱਲ, ਉਹਨਾਂ ਨੇ ਸਾਨੂੰ ਕਿਤਾਬਾਂ ਦਿੱਤੀਆਂ ਕਾਫੀ ਔਰ ਬੜਾ ਮਨ ਨੂੰ ਇੱਕ ਪ੍ਰਾਊਡ ਫੀਲ ਹੋਇਆ ਕਿ
ਇਸ ਤਰ੍ਹਾਂ ਦੀਆਂ ਭੈਣਾਂ ਸਾਡੇ ਸਮਾਜ ਦੇ ਵਿੱਚ ਨੇ ਜਿਹੜੀਆਂ ਆਪਣੀ ਲਿਖਤ ਦੇ ਨਾਲ ਸਮਾਜ ਨੂੰ ਇੱਕ ਨਵੀਂ ਸੇਧ ਦੇਣਾ ਚਾਹੁੰਦੀਆਂ ਨੇ। ਸੋ ਉਹਨਾਂ ਦੀ ਵੀ ਆਪਾਂ ਤੁਹਾਡੇ ਨਾਲ ਜਾਣ ਪਹਿਚਾਣ ਕਰਾਵਾਂਗੇ ਸਟੇਜ 'ਤੇ। ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਬਾਹਰ ਲੰਗਰ ਦਾ, ਗੁਰੂ ਕਾ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਤਿਹਾਸਿਕ ਦਿਨ ਹੈ, ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਸਿੱਖ ਸੰਗਤਾਂ ਦੇ ਸਹਿਯੋਗ ਲਈ ਹਰ ਚੰਗਾ ਪ੍ਰਬੰਧ ਕੀਤਾ ਜਾ ਸਕੇ। ਏਸੀ ਹਾਲ ਹੈ, ਤੁਸੀਂ ਛੱਕ ਕੇ ਲੰਗਰ ਪ੍ਰਸ਼ਾਦਾ ਕੁਝ ਸਮਾਂ ਜਿਹੜਾ ਹੈ, ਜਦੋਂ ਆਪਾਂ ਘਰੋਂ ਆ ਹੀ ਗਏ ਹਾਂ ਤੇ ਫਿਰ ਇੱਧਰ ਉੱਧਰ ਘੁੰਮਣ ਦੇ ਨਾਲੋਂ ਇਸ ਹਾਲ ਦੇ ਵਿੱਚ ਬੈਠ ਕੇ ਆਪਾਂ ਵਿਚਾਰ ਸੁਣਨੇ ਨੇ, ਤਾਂ ਕਿ ਇੱਕ ਦੂਜੇ ਨੂੰ ਫੀਲ ਹੋਵੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿਰ ਜੋੜ ਕੇ ਬੈਠ ਸਕਦੇ ਹਾਂ। ਅਤੇ ਜੇ ਬੈਠਾਂਗੇ ਤਾਂ ਗੁਰਮਤਿ ਦੀ ਜੁਗਤ ਦੇ ਵਿੱਚ ਸਾਨੂੰ ਬਹੁਤ ਕੁਝ ਐਸਾ ਪ੍ਰਾਪਤ ਹੋਵੇਗਾ, ਖਾਸ ਕਰਕੇ ਜਿਹੜੇ ਸਟੂਡੈਂਟਸ ਆਏ ਨੇ ਉਹਨਾਂ ਨੂੰ ਫੀਲ ਹੋਵੇਗਾ ਕਿ ਜਿਹੜੀ ਅਸੀਂ ਸਿੱਖਿਆ ਲੈ ਰਹੇ ਹਾਂ ਦੁਨਿਆਵੀ ਸਿੱਖਿਆ ਸਕੂਲਾਂ ਕਾਲਜਾਂ ਦੇ ਵਿੱਚ, ਉਸ ਦੇ ਨਾਲ ਅਸੀਂ ਅਗਾਂਹ ਕਿਵੇਂ ਜਾਣਾ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ, ਗੁਰਮਤਿ ਦੀ ਰੋਸ਼ਨੀ ਦੇ ਵਿੱਚ ਅਸੀਂ ਕੀ ਕੁਝ ਚੰਗਾ ਕਰਨਾ। ਸੋ ਉਸ ਲਈ ਜਿਹੜੇ ਪ੍ਰਬੰਧਕ ਕੋਆਰਡੀਨੇਟਰ ਉਹਨਾਂ ਨੂੰ ਨਾਲ ਲੈ ਕੇ ਆਏ ਨੇ, ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਨੌਜਵਾਨਾਂ ਨੂੰ ਪ੍ਰਸ਼ਾਦਾ ਛਕਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਿਠਾਉਣ। ਕੋਈ ਜ਼ਿਆਦਾ ਸਮਾਂ ਨਹੀਂ ਲੱਗਣਾ, ਕੁਝ 94 ਪੰਥਕ ਵਿਦਵਾਨ ਇੱਥੇ ਆਏ ਨੇ, ਉਹਨਾਂ ਨੇ ਆਪਣੀ ਜ਼ਿੰਦਗੀ ਦਾ ਤਜਰਬਾ ਤੁਹਾਡੇ ਸਾਹਮਣੇ ਰੱਖਣਾ ਅਤੇ ਤੁਹਾਨੂੰ ਦੱਸਣਾ ਕਿ ਅੱਜ ਦੇ ਨਿਰਾਸ਼ਾ ਦੇ ਦੌਰ ਦੇ ਵਿੱਚੋਂ ਅਸੀਂ ਸਾਨੂੰ ਸੋਚ ਲੈ ਕੇ ਕਿਵੇਂ ਅੱਗੇ ਜਾ ਸਕਦੇ ਹਾਂ, ਕਿਉਂਕਿ ਅੱਜ ਹਰ ਪਾਸੇ ਇੱਕੋ ਗੱਲ ਹੈ, ਡਰੱਗ ਬਹੁਤ ਹੈ, ਨਸ਼ਾ ਬਹੁਤ ਹੈ, ਸਾਡੇ ਨੌਜਵਾਨ ਨਸ਼ਈ ਹੋ ਗਏ ਨੇ, ਔਰ ਸਾਡੇ ਨੌਜਵਾਨ ਵਿਹਲੇ ਨੇ ਅਤੇ ਸਾਡੇ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ਾਂ ਵੱਲ ਜਾ ਰਹੇ ਨੇ। ਇਹ ਜਿਹੜੇ 3 ਕਾਰਨ ਨੇ ਉਹਨਾਂ ਦੀ ਘੋਖ ਕੀਤੀ ਜਾਣੀ ਹੈ। ਅਤੇ ਆਪਾਂ ਮੈਂ ਜਿੰਨੇ ਵੀ ਇੱਥੇ ਆਏ ਨੇ, ਕਿਉਂਕਿ ਕੀ ਹੁੰਦਾ ਹੈ ਕਿ ਜਿਹੜਾ ਵੀ ਬੁਲਾਰਾ ਆਉਂਦਾ ਉਹ ਇਸ ਤਰ੍ਹਾਂ ਦੀ ਕਈ ਵਾਰੀ ਉਹਦੀ ਮਨੋ ਭਾਵਨਾ ਹੁੰਦੀ ਹੈ ਕਿ ਸਾਡੇ ਵਕਤ ਤਾਂ ਅਸੀਂ ਪਤਾ ਨਹੀਂ ਕੀ ਕਰ ਦਿੱਤਾ ਅਤੇ ਅੱਜ ਉਹ ਹੋ ਨਹੀਂ ਰਿਹਾ। ਉਦੋਂ ਜੋ ਤੁਸੀਂ ਕੀਤਾ ਬਹੁਤ ਚੰਗਾ ਕੀਤਾ, ਲੇਕਿਨ ਅੱਜ ਅਸੀਂ ਜਿੰਨੀ ਕੁ ਯੋਗੇ ਹੈਗੇ ਹਾਂ, ਜਿਵੇਂ ਭਾਈ ਭਗਵਾਨ ਸਿੰਘ ਖੋਜੀ ਦੱਸ ਕੇ ਗਿਆ ਹੈ ਕਿ ਜੰਗਲ ਨੂੰ ਅੱਗ ਲੱਗੀ ਹੋਈ ਹੈ, ਉਸ ਦੇ ਵਿੱਚ ਚਿੜੀ ਦੀ ਚੁੰਝ ਦੇ ਨਾਲ ਜਿੰਨਾ ਕੁ ਪਾਣੀ ਲੈ ਕੇ ਤੁਸੀਂ ਅੱਗ ਨੂੰ ਬੁਝਾਉਣ ਦਾ ਯਤਨ ਕਰੋਗੇ ਉਹੋ ਹੀ ਸਾਰਥਕ ਉਪਰਾਲਾ ਹੋਵੇਗਾ। ਜੇ ਅਸੀਂ ਨਿਰਾਸ਼ਾ ਵਾਲੀਆਂ ਗੱਲਾਂ ਕਰਾਂਗੇ ਕਿ ਅਸੀਂ ਮਰ ਗਏ, ਲੁੱਟੇ ਗਏ, ਸਾਡੇ ਪੱਲੇ ਕੱਖ ਨਹੀਂ, ਤਾਂ ਫਿਰ ਕਦੇ ਵੀ ਗੁਰੂ ਸਾਨੂੰ ਬਖਸ਼ਿਸ਼ ਨਹੀਂ ਕਰੇਗਾ। ਗੁਰੂ ਨੇ ਬਖਸ਼ਿਸ਼ ਤਾਂ ਕਰਨੀ ਹੈ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਸਾਡੀ ਕੌਮ ਦੀ ਅਜ਼ਮਤ ਵਾਸਤੇ ਸ਼ਹਾਦਤ ਦਿੱਤੀ, ਉਹਨਾਂ ਨੂੰ ਯਾਦ ਕਰੀਏ ਜਿਹੜੇ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਰਹੇ ਔਰ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਲਈ ਸੰਘਰਸ਼ ਕੀਤਾ, ਸਾਡੀ ਕੌਮ ਲਈ ਜਿੰਦ ਜਾਨ ਵਾਰ ਦਿੱਤੀ, ਔਰ ਮੌਜੂਦਾ ਸਮੇਂ ਦੇ ਵਿੱਚ ਸਾਨੂੰ ਕੀ ਚੰਗਾ ਕਰਨਾ ਚਾਹੀਦਾ ਉਸ ਦੇ ਉੱਤੇ ਆਪਾਂ ਪਹਿਰਾ ਦੇ ਸਕੀਏ। ਕਿਉਂਕਿ ਪੰਜਾਬ ਦੇ ਵਿੱਚ ਤਾਂ ਦੂਰ ਦੀ ਗੱਲ, ਹਰ ਮੁਹੱਲੇ ਦੇ ਵਿੱਚ ਇੰਟਰਨੈਸ਼ਨਲ ਪੱਧਰ ਦੀਆਂ ਜਥੇਬੰਦੀਆਂ ਬਣੀਆਂ ਹੋਈਆਂ ਨੇ, ਹਰ ਪਿੰਡ ਦੇ ਵਿੱਚ, ਹਰ ਸ਼ਹਿਰ ਦੇ ਵਿੱਚ ਬੜੇ ਵੱਡੀਆਂ ਵੱਡੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ ਅਤੇ ਬਣਨੀਆਂ ਵੀ ਚਾਹੀਦੀਆਂ ਨੇ। ਲੇਕਿਨ ਜੇ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਸਾਂਝੇ ਪਲੇਟਫਾਰਮ ਦੇ ਉੱਤੇ ਸਾਂਝੇ ਮੁੱਦੇ ਲਈ ਅਸੀਂ ਵਿਚਾਰਧਾਰਕ ਤੌਰ 'ਤੇ ਜੁੜ ਜਾਵਾਂਗੇ ਤਾਂ ਮੈਂ ਸਮਝਣਾ ਕਿ ਬਹੁਤ ਵੱਡਾ ਉਪਰਾਲਾ ਇੱਥੇ ਹੋਵੇਗਾ। ਅਸੀਂ ਜਿੰਨੇ ਵੀ ਸੱਜਣਾਂ ਦੇ ਕੋਲ ਪਹੁੰਚੇ ਹਾਂ,
ਉਹ ਭੀੜ ਇਕੱਠੀ ਕਰਨ ਵਾਸਤੇ ਨਹੀਂ, ਉਹਨਾਂ ਦੇ ਵਿੱਚੋਂ ਕੋਈ ਸਰਪੰਚ ਹੋਵੇਗਾ, ਕੋਈ ਸਮਾਜ ਦੇ ਵਿੱਚ ਕੋਈ ਮਿਊਂਸੀਪਲ ਕਮਿਸ਼ਨਰ ਹੋਵੇਗਾ, ਕੋਈ ਪਿੰਡ ਦਾ ਜ਼ਿੰਮੇਵਾਰ ਹੋਵੇਗਾ, ਉਹ ਸਾਰੇ ਤੁਸੀਂ ਦੇਖੋ ਇੱਥੇ ਆਏ ਨੇ ਉਹਨਾਂ ਨੂੰ ਇੱਕ ਸੁਨੇਹਾ ਦੇਣ ਵਾਸਤੇ। ਪ੍ਰਿੰਸੀਪਲ ਸੱਦੇ ਨੇ, ਅਲੱਗ ਅਲੱਗ ਖੇਤਰਾਂ ਦੇ ਸਭਾ ਸੁਸਾਇਟੀਆਂ ਦੇ ਪ੍ਰਧਾਨ ਸੱਦੇ ਨੇ, ਤਾਂ ਕਿ ਉਹ ਜਿਹੜਾ ਇੱਥੋਂ ਸੁਨੇਹਾ ਲੈ ਕੇ ਜਾਣ ਉਹ ਸਾਂਝੇ ਤੌਰ ਦੇ ਉੱਤੇ ਆਪਣੇ ਆਪਣੇ ਇਲਾਕੇ ਦੇ ਵਿੱਚ ਅੱਗੇ ਲਿਜਾ ਸਕਣ। ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਾਂ ਜਿੰਨੇ ਵੀ ਬੁਲਾਰੇ ਬੋਲੇ ਨੇ, ਵਾਰ ਵਾਰ ਇਹ ਨਾ ਕਹਿਣਾ ਪਵੇ ਕਿ ਤੁਸੀਂ ਤੁਹਾਨੂੰ 5 ਮਿੰਟ ਦਿੱਤੇ ਤੁਸੀਂ 10 ਮਿੰਟ ਕਿਉਂ ਲਾ ਰਹੇ ਹੋ। ਚੰਗੀ ਗੱਲ ਕਰਨੀ ਹੈ ਉਹ ਥੋੜ੍ਹੇ ਸਮੇਂ ਦੇ ਵਿੱਚ ਜ਼ਿਆਦਾ ਕੀਤੀ ਜਾ ਸਕਦੀ ਹੈ, ਅਤੇ ਮੇਰੀ ਕੋਸ਼ਿਸ਼ ਹੈ ਜੋ ਸਾਡੇ ਸਟੇਜ ਦੀ ਸੇਵਾ ਨਿਭਾਉਣਗੇ ਸਰਦਾਰ ਸੁਖਵਿੰਦਰ ਸਿੰਘ ਆਜ਼ਾਦ ਅਤੇ ਉਹਨਾਂ ਦੇ ਨਾਲ ਇੱਕ ਹੋਰ ਜਿਹੜੇ ਸਾਰਿਆਂ ਨੂੰ ਜਾਣਦੇ ਹੋਣ ਸਿੰਘ ਦੀ ਡਿਊਟੀ ਲਾਈ ਜਾਵੇਗੀ, ਉਹ ਥੋੜ੍ਹਾ ਥੋੜ੍ਹਾ ਸਮਾਂ ਸਾਰਿਆਂ ਨੂੰ ਦੇਣ, ਅਤੇ ਉਸ ਤੋਂ ਬਾਅਦ ਜਿਹੜੇ ਸਾਡੇ ਸਟੂਡੈਂਟਸ ਆਏ ਨੇ ਉਹਨਾਂ ਦੀ ਲਿਸਟ ਸਾਡੇ ਕੋਲ ਆ ਰਹੀ ਹੈ, ਉਹਨਾਂ ਨੂੰ ਅਸੀਂ ਸਨਮਾਨਿਤ ਕਰਨਾ, ਅਤੇ ਤਾਂ ਕਿ ਉਹ ਮਨ ਦੇ ਵਿੱਚ ਇੱਕ ਚਾਹ ਲੈ ਕੇ ਜਾਣ ਕਿ ਅੱਜ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇੱਕ ਫੈਡਰੇਸ਼ਨ ਵਰਗੀ ਮਹਾਨ ਜਥੇਬੰਦੀ ਨੇ ਸਨਮਾਨਿਤ ਕੀਤਾ, ਅਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਚੰਗਾ ਕਰੀਏ, ਜਿਸ ਦੇ ਨਾਲ ਸਾਨੂੰ ਸਨਮਾਨ ਜਿਹੜਾ ਹੋਰ ਵੱਖ ਵੱਖ ਖੇਤਰਾਂ ਦੇ ਵਿੱਚ ਮਿਲ ਸਕੇ। ਸੋ ਮੈਂ ਜ਼ਿਆਦੀਆਂ ਗੱਲਾਂ ਨਾ ਕਰਾਂ, ਜਿਹੜੇ ਸਾਡੇ ਵਿੱਚ ਸ਼ਖਸੀਅਤ ਆਈਆਂ ਨੇ ਉਹਨਾਂ ਦੇ ਵਿੱਚੋਂ ਇੱਕ ਉਹ ਨੌਜਵਾਨ ਹੈ ਕਮਲ ਪ੍ਰਿੰਸ ਪ੍ਰੀਤ ਸਿੰਘ ਸੈਣੀ, ਜੋ ਕਿ ਗੁਰਬਾਣੀ ਅਖੰਡ ਬਾਣੀ TV ਚੈਨਲ ਦੇ ਜੋ ਓਨਰ ਵੀ ਨੇ, ਔਰ ਜਿਹੜੇ 73ਵੀਂ ਵਰ੍ਹੇਗੰਢ ਮੌਕੇ ਗੁਰੂ ਅੰਗਦ ਦੇਵ ਕਾਲਜ ਖੰਡੂਰ ਸਾਹਿਬ ਸਾਡੇ ਕੋਲ ਪਹੁੰਚੇ ਸਨ, ਔਰ ਉਹਨਾਂ ਨੇ ਸਟੇਜ ਦੇ ਉੱਤੇ ਵਾਅਦਾ ਕੀਤਾ ਸੀ ਕਿ ਮੈਂ ਸਿੱਖੀ ਸਰੂਪ ਦੇ ਵਿੱਚ ਆਉਣਾ ਚਾਹੁੰਦਾ, ਪਰ ਮੈਂ ਆਵਾਂਗਾ ਜਦੋਂ ਮੇਰੇ ਅੰਦਰੋਂ ਇਹ ਚਾਹਤ ਉੱਠੇਗੀ। ਸੋ ਉਸ ਨੌਜਵਾਨ ਨੇ, ਉਹਨੂੰ ਅਸੀਂ ਦੁਬਾਰਾ ਨਹੀਂ ਕਿਹਾ, ਉਹਨੇ ਸਿੱਖੀ ਸਰੂਪ ਧਾਰਨ ਕਰਨਾ ਸ਼ੁਰੂ ਕੀਤਾ, ਦਸਤਾਰ ਬੰਨ੍ਹੀ, ਅਤੇ ਅੱਜ ਆਪਣੇ ਵਿੱਚ ਦੁਬਾਰਾ ਆਏ ਨੇ 2 ਸਾਲ ਬਾਅਦ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।